ਦਿਨ ਵੱਧ ਰਹੀ ਮਹਿੰਗਾਈ ਨੇ ਆਮ ਲੋਕਾਂ ਦਾ ਜਿਉਣਾ ਦੁੱਬਰ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਹੁਣ ਦਾਲਾਂ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਹਨ। ਘਿਓ, ਛੋਲਿਆਂ ਅਤੇ ਸਰੋਂ ਦੇ ਤੇਲ ਦੀਆਂ ਕੀਮਤਾਂ ਦੇ ਵਿੱਚ 15 ਤੋਂ 20 ਫੀਸਦੀ ਤੱਕ ਦੇ ਵਾਧੇ ਕਾਰਨ ਸਾਂਝੀ ਰਸੋਈ ਦਾ ਬਜਟ ਹਿੱਲ ਗਿਆ ਤੇ ਆਮ ਘਰੇਲੂ ਔਰਤਾਂ ਵੱਧ ਰਹੀ ਮਹਿੰਗਾਈ ਤੇ ਸਰਕਾਰਾਂ ਨੂੰ ਕੋਸਦੀਆਂ ਨਜ਼ਰ ਆਈਆਂ ਨੇ, ਜਿਨ੍ਹਾਂ ਨੇ ਸਰਕਾਰ ਨੂੰ ਮਹਿੰਗਾਈ ਰੋਕਣ ਦੀ ਅਪੀਲ ਕੀਤੀ ਹੈ। ਕਰਿਆਨੇ ਦੀ ਦੁਕਾਨ ਤੇ ਰਾਸ਼ਨ ਲੈਣ ਆਈ ਔਰਤ ਨੇ ਸਾਡੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਹਰੀਆਂ ਸਬਜ਼ੀਆਂ ਬਹੁਤ ਮਹਿੰਗੀਆਂ ਹੋ ਜਾਂਦੀਆਂ ਸਨ ਤੇ ਹੁਣ ਤੇਲ, ਦਾਲਾਂ ਆਦਿ ਦੇ ਰੇਟ ਵੀ ਵੱਧ ਗਏ ਹਨ। ਸਾਡੀ ਰਸੋਈ ਦਾ ਬਜਟ ਵਿਗੜ ਗਿਆ ਤੇ ਸਰਕਾਰਾਂ ਨੂੰ ਮਹਿੰਗਾਈ ਤੇ ਕਾਬੂ ਪਾਉਣ ਦੀ ਅਪੀਲ ਹੈ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਹਰ ਚੀਜ਼ ਮਹਿੰਗੀ ਹੋ ਰਹੀ ਹੈ, ਡੇਲੀ ਰੂਟੀਨ ਦੀਆਂ ਹਰ ਚੀਜ਼, ਜਿਵੇਂ ਕਿਚਨ ਦੇ ਕਹਿ ਲਓ, ਛੋਲੇ, ਦਾਲਾਂ, ਰਿਫਾਈਨ, ਦੇਸੀ ਘਿਓ, ਹਰ ਚੀਜ਼ ਮਹਿੰਗੀ ਹੈ। ਦੁੱਧ ਮਹਿੰਗਾ ਹੈ, ਆਮ ਮਤਲਬ ਬੰਦੇ ਦੀ ਇਨਸਾਨ ਮਤਲਬ ਜਿਹੜੀ ਸਾਰੀ ਹਿੱਲ ਗਿਆ ਸਾਰਾ ਬਜਟ, ਤੇ ਪਬਲਿਕ ਦੀ ਪਹੁੰਚ ਤੋਂ ਬਾਹਰ ਹੈ ਜੀ ਸਭ ਕੁਛ। ਅਸੀਂ ਕਹਿੰਦੇ ਹਾਂ ਵੀ ਸਭ ਰੇਟ ਥੋੜ੍ਹਾ ਰੀਜਨੇਬਲ ਹੋਵੇ, ਜਿਹੜਾ ਹਰ ਇਨਸਾਨ ਥੋੜ੍ਹਾ ਆਪਣੇ ਈਜ਼ੀਲੀ ਆਪਦੀ ਮਤਲਬ ਆਪਣੀ ਲਾਈਫ ਨੂੰ, ਰੂਟੀਨ ਦੀ ਲਾਈਫ ਨੂੰ ਜੀ ਸਕੇ। ਸਰਵਿਸ ਮੈਨ ਹੈ, ਮਿਡਲ ਕਲਾਸ ਦੇ ਜੋ ਵੀ ਲੋਕ ਹੈ, ਹਾਈ ਕਲਾਸ ਦੇ ਸਭ ਨੂੰ ਮਤਲਬ ਠੀਕ ਰੇਟ ਤੇ ਹਰ ਚੀਜ਼ ਮਿਲਣੀ ਚਾਹੀਦੀ ਹੈ। ਸਭ ਤੋਂ ਵੱਡੇ ਜਿਹੜੀ ਮੈਂ ਗੱਲ ਕਹਿਣਾ ਚਾਹੂੰਗਾ, ਮੇਰੇ ਮੁਤਾਬਿਕ ਨਿਚੋੜ ਹੈ ਕਿ ਸਰਕਾਰਾਂ ਦੀ ਨਾਕਾਮੀ ਦਾ ਇੱਕ ਪਰਮਾਨੈਂਟ ਸਬੂਤ ਨਜ਼ਰ ਆ ਰਿਹਾ ਹੈ ਕਿ ਇੰਨੀ ਮਹਿੰਗਾਈ ਵੱਧ ਰਹੀ ਹੋ ਕਿ ਵੀ ਇੰਨੇ ਰੇਟ ਵੱਧ ਕਿਉਂ ਰਹੇ, ਰੀਜ਼ਨ ਕੀ ਹੈ ਕਿ ਗਰੀਬ ਮਜ਼ਦੂਰ ਜਿਹੜਾ ਸ਼ਾਮ ਨੂੰ ਮਜ਼ਦੂਰੀ ਕਰਕੇ ਆਉਂਦਾ ਉਹ ਕਿੱਥੋਂ ਪੂਰਾ ਕਰ ਦੇਗਾ। ਇਕੱਲੇ ਸਰੋਂ ਦੇ ਤੇਲ ਦਾ ਹੀ ਰੇਟ ਇੰਨਾ ਵੱਧ ਗਿਆ ਹੈ ਕਿ ਉਹ 50 ਰੁਪਈਏ ਲੀਟਰ ਮੈਂ ਸਮਝਦਾ 2 ਮਹੀਨਿਆਂ 'ਚ ਪੈ ਗਏ, ਅਤੇ ਕੀ ਕਰੂੰਗਾ ਗਰੀਬ। ਦਾਲਾਂ ਦੇ ਰੇਟ 20-30 50-50 ਰੁਪਏ ਕਿਲੋ ਵੱਧ ਜਾਂਦੇ ਆ, ਕੋਈ ਬਾਦਰ ਨਹੀਂ ਕਰਦਾ। ਵਨਸਪਤੀ ਦਾ ਦੇਖ ਲਓ, ਇੱਕ ਫੀਲਡ 'ਚ ਨਹੀਂ, ਹਰ ਇੱਕ ਤਰਫ ਮਹਿੰਗਾਈ ਮਹਿੰਗਾਈ ਮਹਿੰਗਾਈ। ਗਰੀਬ ਚੁੱਪ ਹੈ, ਲੇਕਿਨ ਜਿਹਦੇ ਨੇ ਤਾਂ ਇਲਾਵਾ ਬਰਾ ਸਾਲਿਆ ਨਹੀਂ ਜਾਣਾ। ਮੈਂ ਤਾਂ ਇਹੀ ਬੇਨਤੀ ਕਰਦਾ ਹਾਂ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਗਰੀਬ ਜਨਤਾ ਦੇ ਬਾਰੇ ਵੀ ਸੋਚਿਆ ਜਾਵੇ। ਬਸ ਕਹਿਣਾ ਇਹ ਚਾਹੁੰਦੇ ਕਿ ਜੋ ਅੱਜ ਕੱਲ੍ਹ ਕਰਿਆਨੇ ਦਾ ਸਮਾਨ ਆ, ਜੋ ਵੀ ਦਾਲਾਂ, ਕਣਕ, ਆਟਾ, ਚਾਵਲ, ਜੋ ਵੀ ਗਰੀਬ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਚੁੱਕਿਆ, ਲੈਣ ਤਾਂ ਰਾਸ਼ਨ ਮਹੀਨੇ ਦਾ, ਇਹਦਾ ਹਫ਼ਤੇ ਦਾ ਵੀ ਪੂਰਾ ਨਹੀਂ ਹੁੰਦਾ, ਵੀ ਸਰਕਾਰ ਨੂੰ ਚਾਹੀਦਾ ਥੋੜ੍ਹਾ ਜਿਹਾ ਹੋਰ, ਨਹੀਂ ਤਾਂ ਰਸੋਈ ਦੇ ਬਜਟ ਤਾਂ ਠੀਕ ਕਰੇ ਨਾ। ਜਿਵੇਂ ਸਬਜ਼ੀਆਂ ਦੇ ਰੇਟ ਵਧੇ ਆ, ਸਬਜ਼ੀਆਂ ਦਾ ਰੇਟ ਤਾਂ ਆਮ ਆਦਮੀ ਦੀ ਵੈਸੇ ਹੀ ਪਹੁੰਚ ਤੋਂ ਬਾਹਰ ਹੋ ਚੁੱਕੇ ਹੋਏ ਆ। 100 ਰੁਪਏ ਦਾ ਕੱਦੂ ਕਿਲੋ ਆ, 100 ਰੁਪਏ ਦੇ ਟਿੰਡੇ ਕਿਲੋ ਆ, ਆਮ ਬੰਦਾ ਸਬਜ਼ੀ ਖਾਣ ਤੋਂ ਵੀ ਮਤਾਜ ਹੋਇਆ ਪਿਆ। ਸਰੋਂ ਦਾ ਤੇਲ ਜਿਵੇਂ ਹੁਣ ਆਮ ਘਰ ਵਰਤਿਆ ਜਾਂਦਾ ਹੈ, ਹੁਣ ਤੁਹਾਨੂੰ ਕਿੰਨਾ ਮਹਿੰਗਾ ਪੈਂਦਾ ਜੀ? ਸਰੋਂ ਦਾ ਤੇਲ ਵੀ 200 ਰੁਪਏ ਦੇ ਕਰੀਬ ਹੋਇਆ ਪਿਆ ਵਾ, ਤੇ ਬੰਦਾ ਕੀ ਲਵੇ ਤੇ ਕੀ ਛੱਡੇ, ਬਸ ਗਰੀਬ ਬੰਦਾ ਤਾਂ ਸਮਝ ਲਓ ਵੀ ਰੱਬ ਆਸਰੇ ਚੱਲ ਰਿਹਾ। ਆਉਣ ਵਾਲੇ ਦਿਨ ਤਿਉਹਾਰਾਂ ਦਾ ਦਿਨ ਆ, ਦੀਵਾਲੀ ਆਏਗੀ, ਦੁਸਹਿਰਾ ਆਊਗਾ, ਅਣਗਾ ਕਰਵਾ ਆਏਗਾ, ਗਰੀਬ ਬੰਦਾ ਕੀ ਕਿਸੇ ਨੂੰ ਦਊਗਾ, ਕੀ ਲਊਗਾ, ਘਰੇ ਵੀ ਕੀ ਲੈ ਕੇ ਜਾਊਗਾ, ਬੱਚੇ ਮੂੰਹ ਵੱਲ ਦੇਖਣਗੇ, ਇਸ ਕਰਕੇ ਗਰੀਬ ਬੰਦੇ ਦੀ ਪਹੁੰਚ ਤੋਂ ਸਭ ਕੁਛ ਬਾਹਰ, ਕਮਾਈਆਂ ਘੱਟ ਗਈਆਂ, ਖਰਚੇ ਵੱਧ ਗਏ। ਅਸੀਂ ਇਹ ਚਾਹੁੰਦੇ ਕਿ ਸਰਕਾਰ ਨੂੰ ਬਹੁਤਾ ਨਹੀਂ ਤੇ ਵੀ ਜੋ ਘਰ ਦੀਆਂ ਘਰੇਲੂ ਆਈਟਮਾਂ ਹੈਗੀਆਂ ਜਿਵੇਂ ਰਸੋਈ ਦਾ ਹੋ ਗਿਆ, ਜੋ ਲੀੜਾ ਕੱਪੜਾ, ਜੋ ਵੀ ਜੋ ਜ਼ਰੂਰਤਾਂ ਵਾ, ਇਹ ਤਾਂ ਵੀ ਮਹਿੰਗਾਈ ਘਟਾਉਣੀ ਚਾਹੀਦੀ ਹੈ ਨਾ।